ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸ਼ਾਹਕੋਟ ਦੇ ਨਜ਼ਦੀਕੀ ਪਿੰਡ ਤਲਵੰਡੀ ਸੰਗੇੜਾ ਦੀਆਂ ਦੋ ਨਾਬਾਲਗ ਸਕੀਆਂ ਭੈਣਾਂ ਨੂੰ ਉਸ ਪਿੰਡ ਦੇ ਹੀ ਦੋ ਸਕੇ ਭਰਾ ਪਿਛਲੇ ਕਰੀਬ ਇੱਕ ਮਹੀਨਾ ਪਹਿਲਾਂ ਵਿਆਹ ਚਾਂਸਾ ਦੇ ਵਰਗਲਾ ਕੇ ਲੈ ਗਏ, ਜਿਸ ਕਾਰਨ ਜਿੱਥੇ ਲੜਕੀਆਂ ਦੇ ਮਾਪੇ ਪਰੇਸ਼ਾਨੀ ਦਾ ਆਲਮ ਵਿੱਚੋਂ ਗੁਜ਼ਰ ਰਹੇ ਹਨ, ਉੱਥੇ ਹੀ ਸ਼ਾਹਕੋਟ ਪੁਲਿਸ ਨੇ ਵੀ ਲੜਕੇ ਅਤੇ ਲੜਕੀਆਂ ਦੀ ਭਾਲ ਸੰਬੰਧੀ ਇੱਕ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਲਵੰਡੀ ਸੰਗੇੜਾ ਚੌਂਕੀ ਦੇ ਇੰਚਾਰਜ ASI ਭੁਪਿੰਦਰ ਨੇ ਥਾਣਾ ਸ਼ਾਹਕੋਟ ਵੇਖੇ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਲਵੰਡੀ ਸੰਗੇੜਾ ਦੀਆਂ ਲੜਕੀਆਂ ਕਮਲਦੀਪ ਕੌਰ ਅਤੇ ਹਰਮਨਜੀਤ ਕੌਰ ਨੂੰ ਉਸਦੇ ਪਿੰਡ ਤਲਵੰਡੀ ਸੰਗੇੜਾ ਸ਼ਾਹਕੋਟ ਦੇ ਲੜਕੇ ਦਲਜੀਤ ਸਿੰਘ ਅਤੇ ਕੁਲਦੀਪ ਚੰਦ ਬੀਤੀ 12 ਮਈ ਨੂੰ 2018 ਨੂੰ ਵਿਆਹ ਚਾਂਸਾ ਤੇ ਕੇ ਵਰਗਲਾ ਫੁਸਲਾ ਕੇ ਆਪਣੇ ਨਾਲ ਕਿਧਰੇ ਲੈ ਗਏ। ਵਾਸੀ ਤਲਵੰਡੀ ਸੰਗੇੜਾ ਨੇ ਮੁਕੱਦਮਾ ਦਰਜ ਕਰਾਇਆ ਕਿ ਉਸਦੀਆਂ ਲੜਕੀਆਂ ਕਮਲਜੀਤ ਕੌਰ ਅਤੇ ਹਰਮਨਦੀਪ ਕੌਰ ਮਿਤੀ 12/5/18 ਨੂੰ ਪਿੰਡ ਦੇ ਹੀ ਦੋ ਲੜਕੇ ਦਲਜੀਤ ਸਿੰਘ ਕੁਲਦੀਪ ਚੰਦ ਪੁੱਤਰਾਂ ਜਸਪਾਲ ਸਿੰਘ ਵਾਸੀ ਤਲਵੰਡੀ ਸੰਗੇੜਾ ਵਿਆਹ ਦਾ ਝਾਸਾ ਦੇ ਕੇ ਫੁਸਲਾ ਕੇ ਵਰਗਲਾ ਕੇ ਲੈ ਗਏ ਹਨ। ਉਹਨਾਂ ਦੀ ਕਾਰਵਾਈ ਕੀਤੀ ਜਾਵੇ। ਮੁਕੱਦਮਾ ਦਰਜ ਹੋਣ ਤੋਂ ਬਾਅਦ ਹੁਣ ਤੱਕ ਕਾਰਵਾਈ ਜਿਹੜੀ ਲਗਾਤਾਰ ਚੱਲ ਰਹੀ ਆ, ਪਰ ਇਹਨਾਂ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਜਦੋਂ ਵੀ ਕਿਸੇ ਨੂੰ ਵੀ ਸੁਰਾਗ ਮਿਲਿਆ ਤਾਂ ਆਹ ਹੇਠ ਲਿਖੇ ਨੰਬਰਾਂ ਦੇ ਮੋਬਾਈਲ ਨੰਬਰ 7833-40007, 7833-40027, 7833-40028, 7833-40227, 7773-40228 'ਤੇ ਸੰਪਰਕ ਕਰਨ ਅਤੇ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤਾ ਜਾਵੇਗਾ। ਦੱਸਣ ਵਾਲੇ ਨੂੰ ਜਿਹੜਾ ਇਹਨਾਂ ਬਾਰੇ ਸੂਚਨਾ ਦੇਵੇ ਉਹਨੂੰ ਵਾਜਬ ਇਨਾਮ ਦਿੱਤਾ ਜਾਵੇਗਾ। ਪਿਤਾ ਨਿਰੰਜਨ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ, ਜਿਸ ਸੰਬੰਧੀ ਸ਼ਾਹਕੋਟ ਪੁਲਿਸ ਵੱਲੋਂ ਪੀੜਿਤ ਲੜਕੀਆਂ ਅਤੇ ਮੁਲਜ਼ਮ ਲੜਕਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਵਾਜਬ ਇਨਾਮ ਵੀ ਦਿੱਤਾ ਜਾਵੇਗਾ। ਸ਼ਾਹਕੋਟ ਤੋਂ ਅਜਾਲ ਸਚਦੇਵਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।